ਜੋ ਮਨ ਚੇਤਨਾ ਚੇਤੇ ਸਾਨੂੰ
ਜੋ ਮਨ ਚੇਤਨਾ ਚੇਤ ਸੰਗ, ਜੋ ਮਨ ਚੇਤਨਾ ਚੇਤ ਸੰਗ, ਸੋ ਗਲੀ ਰਬ ਕੀਆ, ਖੇਲ ਕਰੇਂਦੇ ਹਮ ਜਨੋ, ਖੇਲ ਕਰੇਂਦੇ ਹਮ ਜਨੋ, ਅਚਿੰਤ ਬਾਦ ਪਏ ਬਾਦ ਪਏ ਤਿਸ ਰਬ ਦੇ ਕੇਲਾ ਵਿਸਰਿਆ, ਕੇਲਾ ਵਿਸਰਿਆ, ਕੇਲਾ ਵਿਸਰਿਆ, ਜੋ ਮਨ ਚੇਤਨਾ ਜੇ ਚੇਤਨਾ ਚੇਤ ਸਾਨ, ਜੋ ਮਨ ਚੇਤਨਾ, ਜੋ ਮਨ ਚੇਤਨਾ, ਜੋ ਮਨ ਚੇਤਨਾ ਚੇਤ ਸਾਨ। ਤੇਰੀ ਰਜ਼ਾਏ, ਤੇਰੀ ਰਜ਼ਾਏ, ਤੂੰ ਹੈ ਵਾਹੋ, ਤੂੰ ਹੈ ਵਾਹੋ, ਤੇ ਪਦ ਹੋਏ ਬਾ, ਅਵਰ ਨਾ ਕਰਨਾ ਜਾਏ, ਅਵਰ ਨਾ ਕਰਨਾ ਜਾਏ, ਤੂੰ ਹੈ ਤੇਰੀ ਰਜ਼ਾਏ, ਤੇ
ਆਵਤ ਕਿਨੇ ਨਾ ਰੱਖਿਆ ਜਾਵਤ ਕਿਉਂ ਰੱਖਿਆ ਜਾਏ ਆਵਤ ਕਿਨੇ ਨਾ ਰੱਖਿਆ ਜਾਵਤ ਕਿਉਂ ਰੱਖਿਆ ਜਾਏ ਜਿਸ ਤੇ ਹੋਆ ਸੋਈ ਪਰ ਜਾਣ ਜਾ ਉਸ ਹੀ ਮਾਇ ਸਮਾ ਜਾ ਉਸ ਹੀ ਮਾਇ ਸਮਾਏ ਜਾ ਉਸ ਹੀ ਮਾਇ ਸਮਾਏ ਜਾ ਉਸ ਹੀ ਮਾਇ ਸਮਾਏ जैसे हर हट की माला टिंड लगत है जैसे हर हट की माला टिंड लगत है एक सखणी होर फिर परियत है ਸਖਣੀ ਹੋਰ ਫਿਰ ਪਰੀਅਤ ਹੈ ਤੈਸੇ ਹੀ ਇਹ ਖੇਲ ਖਸਮ ਕਾ ਤੈਸੇ ਹੀ ਖੇਲ ਖਸਮ ਕਾ ਜੋ ਉਸ ਕੀ ਵਡਿਆਈ ਜੋ ਉਸ ਕੀ ਵਡਿਆਈ ਜੋ ਉਸ ਕੀ ਵਡਿਆਈ ਤੇਰੀ ਰਜ਼ਾ ਏ ਤੇ
ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਗਰ ਪਰਗਾਸੀ ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਗਰ ਪਰਗਾਸੀ ਮਨ ਵਿਚਾਰ ਦੇਖੋ ਬ੍ਰਹਮ ਗਿਆਨੀ ਕੌਣ ਗਿਰਹੀ ਕੌਣ ਉਦਾਸੀ ਕੌਣ ਗਿਰਹੀ ਕੌਣ ਉਦਾਸ ਕੌਣ ਗਿਰਹੀ ਕੌਣ ਉਦਾਸੀ ਕੌਣ ਕਰੇ ਸੋਈ ਪਰ ਹੋਏ ਬਾ ਅਬਰ ਨਾ ਕਰਨਾ ਜਾਏ ਅਬਰ ਨਾ ਕਰਨਾ ਜਾਏ ਤੂੰ ਹੈ ਰਹਿਵਾ ਹੋ ਤੂੰ ਜਿਸ ਕੀ ਆਸਾ ਇਸ ਹੀ ਕੋ ਸੌਂਪ ਕੇ ਜਿਸ ਕੀ ਆਸਾ ਇਸ ਹੀ ਸੌਂਪ ਕੇ ਇਹ ਹੋਰ ਗਿਆ ਨਿਰਵਾਣ ਜਿਸ ਕੀ ਆਸਾ
ਇਸ ਹੀ ਸੌਂਪ ਕੇ ਇਹ ਗੁਰ ਗਿਆ ਨਿਰਵਾਣ ਜਿਸ ਤੇ ਹੋਆ ਸੋਈ ਕਰਮਾਨਿਆ ਉਦਾਸੀ ਪਰਵਾਨ ਨਾਨਕ ਗਿਰੀ ਦੀ ਉਦਾਸੀ ਸੋ ਪਰਵਾਨ ਸੋਇਆ ਜਾ
ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਰਹਿਣ ਥਿਰ ਨਾਹੀ ਕਿਆ ਤੂੰ ਸੋ ਸੋਇਆ ਜਾਗ ਆਣਾ ਸੰਗ ਚਲਤ ਹੈ ਹਮ ਭੀ ਚਲਨਾ ਦੂਰ ਗਵਨ ਸਿਰ ਉੱਪਰ ਮਰਨਾ ਸੰਗ ਚਲਤ ਹਮ ਭੀ ਚਲਨਾ ਦੂਰ ਗਵਨ ਸਿਰ ਉੱਪਰ ਮਰਨਾ ਸਿਰ ਉੱਪਰ ਮਰਨਾ ਕਿਆ ਤੂੰ ਸੋਇਆ ਜਾਗ ਆਣਾ ਕਿਆ ਤੂੰ ਸੋ ਜਿਨ ਜਿਉ ਦੀਆ ਸੁਰਜ ਕੇ ਅੰਬਰਾਵੇ ਸਭ ਘਟ ਪੀਤਰ ਹਾਟ ਚਲਾ ਵੇ
ਕਰ ਬੰਦਗੀ ਛੱਡ ਮੈਂ ਮੇਰਾ ਹਿਰਦੈ ਨਾਮ ਸੁਮਾਰ ਸਵੇਰਾ ਸੁਮਾਰ ਸਵੇਰਾ ਕਿਆ ਤੂੰ ਸੋਇਆ ਜਨਮ ਸਿਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਹਿ ਦਿਸ ਅੰਧਿਆਰਾ ਸਾਂਝ ਪਰੀ ਦਹਿ ਦਿਸ ਅੰਧਿਆਰਾ ਜਨਮ ਸਿਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੀਵਾਨ ਦੁਨੀਆ ਫਨ ਖਾਨੇ ਦੁਨੀਆ ਫਨ ਖਾਨੇ ਕਿਆ ਤੂੰ ਸੋਇਆ ਜਾਗ ਆਣਾ ਕਿਆ ਤੂੰ ਸੋਇਆ ਜਾਗ ਆਣਾ ਤੈ ਜੀਵਨ ਜਗ ਸੱਚ ਕਰ ਜਾਣਾ ਕਿਆ ਤੂੰ ਸੋਇਆ ਜਾਗ ਆਣਾ ਕਿਆ ਤੂੰ ਸੋਇਆ ਜਾਗ ਆਣਾ ਜਾਗ
ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਾ ਕੁਲਾ ਗਏ ਠਨਕਾ ਕਹਾਂ ਬਿਸਾਸਾ ਸਾਸਾ ਇਸ ਭਾਂਡੇ ਕਾ ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਾ ਕੁਲਾ ਗਏ ਠਨਕਾ ਇਤਨਾ ਕੁਲਾ ਗਏ ਠਨਕਾ ਕਹਾਂ ਬਿਸਾਸਾ ਇਸ ਭਾਂਡੇ ਕਾ ਸਾਸਾ ਇਸ ਭਾਂਡੇ ਕਾ ਇਤਨਾ ਕੁਲਾ ਗਏ ਠਨਕਾ ਇਤਨਾ ਕੁਲਾ ਗਏ ਠਨਕਾ ਹਰ ਬਿਨ ਕੌਣ ਸਗਾਈ ਮਨ ਕਾ ਕੌਣ ਸਗਾਈ ਮਨ ਕਾ ਹਰ ਬਿਨ ਕੌਣ ਸਗਾਈ ਮਨ ਕਾ ਕੌਣ ਸਗਾਈ ਮਨ ਕਾ ਮਾਤ ਪਿਤਾ ਭਾਈ ਸੁਤ ਬੰਤਾ ਹਿਤ ਲਾਗੋ ਸਭ ਫਨਕਾ ਹਿਤ ਲਾਗੋ ਸਭ ਫਨਕਾ ਹਿਤ ਲਾਗੋ ਸਭ ਫਨਕਾ ਕਹਾਂ ਬਿਸਾਸਾ ਸਾਸਾ ਇਸ ਭਾਂਡੇ ਕਾ ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਾ ਕੁਲਾ ਗਏ ਠਨਕਾ ਇਤਨਾ ਕੁਲਾ ਗਏ ਤੁਲਹਾ ਬਾਂਧੋ ਕਿਆ ਪਰਵਾਸਾ ਥਨਕਾ ਕਿਆ ਪਰਵਾਸਾ ਥਨਕਾ ਆ ਗਏ ਕੋ ਕਿਛ ਤੁਲਹਾ ਬਾਂਧੋ ਕਿਆ ਪਰਵਾਸਾ ਥਨਕਾ ਕਿਆ ਪਰਵਾ
ਸਾ ਤੰਕਾ ਕਹਾਂ ਵਿਸਾਸਾ ਇਸ ਪਾਂਡੇ ਕਾ ਕਹਾਂ ਵਿਸਾਸਾ ਇਸ ਪਾਂਡੇ ਕਾ ਇਤਨਾ ਕੁਲਾ ਗਏ ਠਮਕਾ 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 ਕਹਾਂ ਵਿਸਾਸਾ ਸਾਸਾ ਇਸ ਪਾਂਡੇ ਕਾ ਕਹਾਂ ਵਿਸਾਸਾ ਇਸ ਪਾਂਡੇ ਕਾ ਸਗਲ ਧਰਮ ਪੁੰਨ ਫਲ ਪਾਵੋ ਤੂਰ ਬਸੋ ਸਭ ਜਨ ਕਾ ਕਹਿਤ ਕਬੀਰ ਸੁਣੋ ਰੇ ਸੰਤੋ ਮਨ ਉੱਡਨ ਪਖੇਰੂ ਬਨ ਕਾ ਕਹਿਤ ਕਬੀ ਸੁਣੋ ਰੇ ਸੰਤੋ ਮਨ ਉੱਡਨ ਪਖੇਰੂ ਬਨ ਕਾ ਉੱਡਨ ਪਖੇਰੂ ਬਨ ਕਾ ਉੱਡਨ ਪਖੇਰੂ ਬਨ ਕਾ ਸਾਸਾ ਸਾਸਾ ਇਸ ਪਾਂਡੇ ਕਾ ਵਿਸਾਸਾ ਇਸ ਪਾਂਡੇ ਕਾ ਇਤਨਾ ਕੁਲਾ ਗਏ ਠਮਕਾ ਇਤਨਾ ਕੁਲਾ ਗਏ ਠਮਕਾ ਇਤਨਾ ਕੁਲਾ ਗਏ ਠਮਕਾ
ਆਪੇ ਭੇਜੈ ਆਪੇ ਸੱਦੈ ਰਚਨਾ ਰਚ ਰਚ ਵੇਖੈ ਨਾਨਕ ਸੱਚਾ ਸੱਚੀ ਨਾਈ ਸੱਚ ਪਵੈ ਤੁਰ ਲੇਖੈ ਮਰਨ ਨ ਮੂਰਤ ਪੁੱਛਿਆ ਪੁੱਛੀ ਥਿਤ ਨਾਵਾ ਮਰਨ ਨ ਮੂਰਤ ਪੁੱਛਿਆ ਪੁੱਛੀ ਥਿਤ ਨਾਵਾ ਮਰਨ ਨ ਮੂਰਤ ਪੁੱਛਿਆ ਪੁੱਛੀ ਥਿਤ ਨਾਵਾ ਪੁੱਛੀ ਥਿਤ ਨਾਵਾ ਪੁੱਛੀ ਥਿਤ ਨਾਵਾ ਥਿਤਨਾਵਾਰ ਪੁੱਛੀ ਥਿਤਨਾਵਾਰ ਪੁੱਛੀ ਥਿਤਨਾਵਾਰ ਪੁੱਛੀ ਥਿਤਨਾਵਾਰ ਮਰਨ ਨਾ ਮੂਰਤ ਪੁੱਛਿਆ ਪੁੱਛੀ ਥਿਤਨਾਵਾਰ ਮਰਨ ਨਾ ਮੂਰਤ ਪੁੱਛਿਆ ਇੱਕ ਨੀ ਲੱਦਿਆ ਇੱਕ ਲੱਦ ਚੱਲੇ ਇੱਕ ਨੀ ਲੱਦਿਆ ਇੱਕ ਲੱਦ ਚੱਲੇ ਇੱਕ ਨੀ ਬੱਦੇ ਪਾਰ ਇੱਕ ਨੀ ਲੱਦਿਆ ਇੱਕ ਲੱਦ ਚੱਲੇ ਇੱਕ ਨੀ ਬੱਦੇ ਪਾਰ ਇੱਕ ਨੀ ਬੱਦੇ ਪਾਰ ਇੱਕ ਨੀ ਬੱਦੇ ਪਾਰ ਮਰਨ ਨਾ ਮੂਰਤ ਪੁੱਛਿਆ ਪੁੱਛੀ ਥਿਤਨਾਵਾ ਮਰਨ ਨਾ ਮੂਰਤ ਪੁੱਛਿਆ ਇੱਕ ਨਾ ਹੋਈ ਸਾਖ ਧੀ
ਇੱਕ ਨਾ ਹੋਈ ਸਾਰ, ਇੱਕ ਨਾ ਹੋਈ ਸਾਰ, ਇੱਕ ਨਾ ਹੋਈ ਸਾਰ। ਮਰਨ ਨਾ ਮੂਰਤ ਪੁੱਛਿਆ, ਮਰਨ ਨਾ ਮੂਰਤ ਪੁੱਛਿਆ, ਉੱਚੀ ਥਿਤ ਨਾ ਵਾ। ਮਰਨ ਨਾ ਮੂਰਤ ਪੁੱਛਿਆ, ਉੱਚੀ ਥਿਤ ਨਾ ਵਾ। ਲਸ਼ਕਰ ਸਣੇ ਦਮਮਿਆ, ਛੁੱਟੇ ਬੰਕ ਦੁਆ। ਲਸ਼ਕਰ ਸਣੇ ਦਮਮਿਆ, ਛੁੱਟੇ ਬੰਕ ਦੁਆ। ਨਾਨਕ ਢੇਰੀ ਸ਼ਾਲ ਕੀ ਪੀ ਫਿਰ ਹੋਈ ਸ਼ਾ, ਪੀ ਫਿਰ ਹੋਈ ਸ਼ਾ, ਪੀ ਫਿਰ ਹੋਈ ਸ਼ਾ। ਮਰਨ ਨਾ ਮੂਰਤ ਪੁੱਛਿਆ, ਮਰਨ ਨਾ ਮੂਰਤ ਪੁੱਛਿਆ, ਉੱਚੀ ਥਿਤ ਨਾ ਵਾ। ਮਰਨ ਨਾ ਮੂਰਤ ਪੁੱਛਿਆ, ਉੱਚੀ ਥਿਤ ਨਾ ਵਾ, ਉੱਚੀ ਥਿਤ ਨਾ ਵਾ। ਮਰਨ ਨਾ ਮੂਰਤ ਪੁੱਛਿਆ, ਮਰਨ ਨਾ ਮੂਰਤ ਪੁੱਛਿਆ, ਉੱਚੀ ਥਿਤ ਨਾ ਵਾ, ਉੱਚੀ ਥਿਤ ਨਾ ਵਾ। ਮੇਰੇ ਜੀ ਅੜਿਆ ਪਰਦੇਸੀਆ, ਕਿਤ ਪਵੇ ਜੰਜਾਲੇ ਰਾਮ, ਕਿਤ ਪਵੇ ਜੰਜਾਲੇ ਰਾਮ। ਮੇਰੇ ਜੀ ਅੜਿਆ ਪਰਦੇਸੀਆ, ਮੇਰੇ ਜੀ ਅੜਿਆ ਪਰਦੇਸੀਆ, ਕਿਤ ਪਵੇ ਜੰਜਾਲੇ ਰਾਮ, ਕਿਤ ਪਵੇ ਜੰਜਾਲੇ ਰਾਮ। ਕਿਤ ਪਵੇ
ਜੰਜਾਲੇ ਰਾਮ ਕਿਰਤ ਪਵੇ ਜੰਜਾਲੇ ਰਾਮ ਪਰਦੇਸੀਆ ਪਰਦੇਸੀਆ ਮੇਰੇ ਜੀ ਅੜਿਆ ਪਰਦੇਸੀਆ ਜੀ ਅੜਿਆ ਜੰਜਾਲੇ ਰਾਮ ਕਿਤ ਪਵੇ ਜੰਜਾਲੇ ਰਾਮ ਮੇਰੇ ਜੀ ਅੜਿਆ ਪਰਦੇਸੀਆ ਮੇਰੇ ਜੀ ਅੜਿਆ ਪਰਦੇਸੀਆ ਸਾਚਾ ਸਾਹਿਬ ਮਾਨ ਵਸੈ ਕੀ ਫਾਸੇ ਜਮ ਜਾਲੇ ਸਾਚਾ ਸਾਹਿਬ ਮਾਨ ਵਸੈ ਕੀ ਫਾਸੇ ਜਮ ਜਾਲੇ ਕੀ ਫਾਸੇ ਜਮ ਜਾਲੇ ਪਰਦੇਸੀਆ ਪਰਦੇਸੀਆ ਮੇਰੇ ਜੀ ਅੜਿਆ ਪਰਦੇਸੀਆ ਮੇਰੇ ਜੀ ਅੜਿਆ ਪਰਦੇਸੀਆ ਮਛਲੀ ਵਿਸ਼ੂਨੀ ਨੈਣ ਰੂਨੀ ਮਛਲੀ ਵਿਸ਼ੂਨੀ ਨੈਣ ਰੂਨੀ ਜਾਲ ਬਦਕ ਪਾਇਆ ਸੰਸਾਰ ਮਾਇਆ ਮੋਹ ਮੀਠਾ ਅੰਤ ਭਰਮ ਚੁਕਾਇਆ ਅੰਤ ਭਰਮ ਚੁਕਾਇਆ ਪਰਦੇਸੀਆ ਮੇਰੇ ਜੀ ਅੜਿਆ ਪਰਦੇਸੀਆ
ਤੇਰੇ ਜੀਅੜਿਆ ਪਰਦੇਸੀਆ ਕਿਤ ਪਾਵੇ ਜੰਜਾਲੇ ਰਾਮ ਕਿਤ ਪਾਵੇ ਜੰਜਾਲੇ ਰਾਮ ਮੇਰੇ ਜੀਅੜਿਆ ਪਰਦੇਸੀਆ ਮੇਰੇ ਜੀ ਭਗਤ ਕਰ ਚਿਤ ਲਾਏ ਹਰ ਸਿਉਂ ਛੋੜ ਮਨੋ ਅੰਦੇਸੀਆ ਸੱਚ ਕਹਿ ਦੇ ਨਾਨਕ ਚੇਤ ਰੇ ਮਨ ਪਰਦੇਸੀਆ ਮੇਰੇ ਜੀ ਅੜਿਆ ਪਰਦੇਸੀਆ ਜੀ ਅੜਿਆ ਪਰਦੇਸੀਆ 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 ਮੇਰੇ ਜੀ ਅੜਿਆ ਪਰਦੇਸੀਆ ਮੇਰੇ ਜੀ ਅੜਿਆ ਪਰਦੇਸੀਆ ਮੇਰੇ ਜੀ ਅੜਿਆ ਪਰਦੇਸੀਆ ਮੇਰੇ ਜੀ ਅੜਿਆ ਪਰਦੇਸੀਆ ਕਿਤ ਪਵੇ ਜੰਜਾਲੇ ਰਾਮ ਕਿਤ ਪਵੇ ਜੰਜਾਲੇ ਰਾਮ ਮੇਰੇ ਜੀ ਅੜਿਆ ਪਰਦੇਸੀਆ ਮੇਰੇ ਜੀ ਅੜਿਆ ਜੀ ਅੜਿਆ ਮੇਰੇ ਜੀ ਅੜਿਆ ਪਰਦੇਸੀਆ ਪਰਦੇਸੀਆ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ ਕਿਸ ਪੈ ਖੋਲੋ ਗੰਠੜੀ ਕਿਸ ਪੈ ਖੋਲੋ ਗੰਠੜੀ ਦੁਖੀ ਫਰਿਆ
ਮਨ ਪਰਦੇ ਸੀਜੇ ਥੀਏ ਸਭ ਦੇਸ ਪਰਾਇਆ। ਮਨ ਪਰਦੇ ਸੀਜੇ ਥੀਏ ਸਭ ਦੇਸ ਪਰਾਇਆ। ਕਿਸ ਪੈ ਖੋਲੋ ਕੰਠੜੀ, ਕਿਸ ਪੈ ਖੋਲੋ ਕੰਠੜੀ, ਦੁਖੀ ਪਰ ਆਇਆ। ਮਨ ਪਰਦੇ ਸੀਜੇ ਥੀਏ ਸਭ ਦੇਸ ਪਰਾਇਆ। ਮਨ ਪਰਦੇ ਸੀਜੇ ਥੀਏ ਸਭ ਦੇਸ ਪਰਾਇਆ। ਦੁਖੀ ਪਰ ਆਇਆ ਜਗਤ ਸਵਾਇਆ, ਕੌਣ ਜਾਣੈ ਬਿਦ ਮੇਰੀਆਂ। ਦੁਖੀ ਪਰ ਆਇਆ ਜਗਤ ਸਵਾਇਆ, ਕੌਣ ਜਾਣੈ ਬਿਦ ਮੇਰੀਆਂ। ਕੌਣ ਜਾਣੈ ਬਿਦ ਮੇਰੀਆਂ, ਕੌਣ ਜਾਣੈ ਮੇਰੀਆਂ। ਮਨ ਪਰਦੇ ਸੀਜੇ ਥੀਏ ਸਭ ਦੇਸ ਪਰਾਇਆ। ਮਨ ਪਰਦੇ ਸੀਜੇ ਥੀਏ ਸਭ ਦੇਸ ਪਰਾਇਆ। ਆਵਣ ਜਾਵਣੇ ਖਰੇ ਡਰਾਵਣੇ, ਆਵਣ ਜਾਵਣੇ ਖਰੇ ਡਰਾਵਣੇ, ਟੋਟ ਨਾ ਆਵੇ ਫੇਰੀਆਂ। ਟੋਟ ਨਾ ਆਵੇ ਫੇਰੀਆਂ, ਟੋਟ ਨਾ ਆਵੇ ਫੇਰੀਆਂ, ਆਵੇ ਫੇਰੀਆਂ। ਮਨ ਪਰਦੇ ਸੀਜੇ ਥੀਏ ਸਭ ਦੇਸ ਪਰਾਇਆ। ਕਿਸ ਪੈ ਖੋਲੋ ਗੰਠੜੀ, ਕਿਸ ਪੈ ਖੋਲੋ ਗੰਠੜੀ, ਦੁਖੀ ਭਰ ਆਇਆ। ਮਨ ਪਰਦੇ ਸੀਜੇ ਥੀਏ ਸਭ ਦੇਸ ਪਰਾਇਆ। ਮਨ ਪਰਦੇਸੀ ਦੇ ਦੀਏ ਸਭ ਦੇਸ ਪਰਾਇਆ। ਨਾਮ ਵਿਹੂਣੇ ਉਣੇ ਛੂਣੇ, ਨਾਮ ਵਿਹੂਣੇ ਉਣੇ ਛੂਣੇ,
ਨਾ ਗੁਰ ਸ਼ਬਦ ਸੁਣਾਇਆ। ਮਨ ਪਰਦੇਸੀ ਜੇ ਥੀਏ, ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ, ਸਭ ਦੇਸ਼ ਪਰਾਇਆ, ਸਭ ਦੇਸ਼ ਪਰਾਇਆ। ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ, ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ, ਦੇਸ਼ ਪਰਾਇਆ। ਸੱਜਣ ਮੇਰੇ ਰੰਗਲੇ, ਸੱਜਣ ਮੇਰੇ ਰੰਗਲੇ, ਜਾਇ ਸੁਤੇ ਜੀਰਾ। ਸੱਜਣ ਮੇਰੇ ਰੰਗਲੇ, ਜਾਇ ਸੁਤੇ ਜੀਰਾ। ਹੰਪੀ ਵੰਜਾ ਡੂਮਣੀ, ਹੰਪੀ ਵੰਜਾ ਡੂਮਣੀ, ਰੋਵਾ ਚੀਣੀ ਬਾਣ। ਸੱਜਣ ਮੇਰੇ ਰੰਗਲੇ, ਜਾਇ ਸੁਤੇ ਜੀਰਾ। ਸੱਜਣ ਮੇਰੇ ਰੰਗਲੇ, ਜਾਇ ਸੁਤੇ ਜੀਰਾ। ਤਨ ਜੋਵਨ ਅਰ ਫੁੱਲੜਾ, ਤਨ ਜੋਵਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾ। ਪਵਣ ਤੇਰੇ ਪਤ ਜਿਓ ਟਲ ਟੁੱਲ ਜੰਮਣ ਵਾ, ਟਲ ਟੁੱਲ ਜੰਮਣ ਵਾ। ਸੱਜਣ ਮੇਰੇ ਰੰਗਲੇ, ਜਾਇ ਸੁਤੇ ਨੀਰਾ। ਸੱਜਣ ਮੇਰੇ ਰੰਗਲੇ, ਜਾਇ ਸੁਤੇ ਨੀਰਾ। ਰੰਗ ਮਾਣ ਲੈ ਪਿਆਰਿਆ, ਜਾ ਜੋ ਬੰਨੋ ਬੁਲਾ,
ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਪਿਆ ਪੁਰਾਣਾ ਚੋਲਾ ਪਿਆ ਪੁਰਾਣਾ ਚੋਲਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਾਹੁਰੇ ਨਿਤਨਾ ਪਈਆ ਹੋਏ ਨਾਨਕ ਸੁੱਤੀ ਪਈਏ ਜਾਣ ਵਿਰਤੀ ਸੰਨ ਗੁਣਾ ਗਵਾਈ ਗੰਠੜੀ ਅਵਗੁਣ ਚੱਲੀ ਬੰਨ ਅਵਗੁਣ ਚੱਲੀ ਬੰਨ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾ ਜਾਏ ਸੁੱਤੇ ਜੀਰਾ ਜਾਏ ਸੁੱਤੇ ਜੀਰਾ ਮੋਹੇ ਬੈਰਾਗ ਭਇਓ ਇਹ ਜੀਓ ਆਏ ਗਗਨ ਪਤਾਲ ਗਗਨ ਹੈ ਆਕਾਸ਼ ਗਗਨ ਪਤਾਲ ਗਗਨ ਹੈ ਚੌਂ ਦਿਸ ਗਗਨ ਰਹਾਈ ਲੈ ਅਨੰਦ
ਖੋਤਮ ਤਟ ਬਿਨ ਸੈ ਗਗਨ ਨ ਜਾਈ ਅਲੇ ਤਟ ਬਿਨ ਸੈ ਗਗਨ ਨ ਜਾਈ ਲੇ ਬਿਨ ਸੈ ਗਗਨ ਨ ਜਾਈ ਲੇ ਬਿਨ ਸੈ ਗਗਨ ਨ ਜਾਈ ਲੇ ਮੋਹੇ ਵੈਰਾਗ ਭਇਓ ਮੋਹੇ ਵੈਰਾਗ ਭਇਓ ਪੰਚ ਤਤ ਮਿਲ ਕਾਇਆ ਕੀਨੀ ਪੰਚ ਤਤ ਮਿਲ ਕਾਇਆ ਕੀਨੀ ਤਤ ਕਹਾਂ ਤੇ ਕੀਨ ਰੇ ਕਰਮ ਬਦ ਤੁਮ ਜੀਓ ਕਹਿਤ ਹੋ ਕਰਮ ਬਦ ਤੁਮ ਜੀਓ ਕਹਿਤ ਹੋ ਕਰਮੈ ਕਿਨ ਜੀਓ ਦੀਨ ਰੇ ਕਰਮੈ ਕਿਨ ਜੀਓ ਦੀਨ ਰੇ ਕਰਮੈ ਕਿਨ ਜੀਓ ਦੀਨ ਰੇ ਮੋਹੇ ਵੈਰਾਗ ਭਇਓ ਮੋਹੇ ਵੈਰਾਗ ਭਇਓ ਏਹ ਜੀਓ ਆਏ ਕਹਾਂ ਗਇਓ ਏਹ ਜੀਓ ਆਏ ਕਹਾਂ ਗਇਓ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਏ ਰੇ ਕਹੇ ਕਬੀਰ ਰਾਮ ਨਾਮ ਨਾ ਛੋੜੋ ਸਹਿਜੇ ਹੋਏ ਸੋਹੋਏ ਰੇ ਸਹਿਜੇ ਹੋਏ ਸੋਹੋਏ ਰੇ ਸਹਿਜੇ ਹੋਏ ਸੋਹੋਏ ਰੇ ਮੋਹੇ ਵੈਰਾਗ ਭਇਓ ਮੋਹੇ ਵੈਰਾਗ ਭਇਓ ਏਹ ਜੀਓ ਆਏ ਕਹਾਂ ਗਇਓ
ਵਾਹਿਗੁਰੂ ਜੀ। ਹੇ ਵਿਛੋੜਾ ਸਹਿਆ ਨਾ ਜਾਏ, ਇਹ ਵਿਛੋੜਾ ਸਹਿਆ ਨਾ ਜਾਏ, ਇਹ ਵਿਛੋੜਾ ਸਹਿਆ ਨਾ ਜਾਏ। ਸਤਿਗੁਰ ਮਿਲੈ ਤਾਂ ਮਿਲੈ ਸੁਭਾਏ, ਸਤਿਗੁਰ ਮਿਲੈ ਤਾਂ ਮਿਲੈ ਸੁਭਾਏ, ਹੇ ਵਿਛੋੜਾ ਸਹਿਆ ਨਾ ਜਾਏ, ਇਹ ਵਿਛੋੜਾ ਸਹਿਆ ਨਾ ਜਾਏ। ਰਸਨਾ ਨਾਮ ਸਭ ਕੋਈ ਕਹੈ, ਸਤਿਗੁਰ ਸੇਵੇ ਤਾ ਨਾਮ ਲਹੈ, ਰਸਨਾ ਨਾਮ ਸਭ ਕੋਈ ਕਹੈ, ਸਤਿਗੁਰ ਸੇਵੇ ਤਾ ਨਾਮ ਲਹੈ, ਬੰਧਨ ਤੋੜੇ ਮੁਕਤ ਕਰ ਵਹੈ, ਗੁਰ ਸ਼ਬਦੀ ਅਸਥਿਰ ਕਰ ਬਹਿ, ਮਨ ਮੇਰੇ ਮਨ ਕਾਹੇ ਰੋਸ ਕਰੀ ਜੈ, ਕਾਹੇ ਰੋਸ ਕਾਹੇ ਰੋਸ ਕਰੀ ਜੈ, ਮੇਰੇ ਮਨ ਕਾਹੇ ਰੋਸ ਕਰੀ ਜੈ, ਲਾ
ਕਲ ਜੁਗ ਰਾਮ ਨਾਮ ਹੈ ਗੁਰਮਤਿਅਨ ਦਿਨ ਹਿਰਦੈ ਰਵੀ ਜੈ ਗੁਰਮਤਿਅਨ ਦਿਨ ਹਿਰਦੈ ਰਵੀ ਇਹ ਵਿਛੋੜਾ ਸਹਿਆ ਜਾਏ ਇਹ ਵਿਛੋੜਾ ਸਹਿਆ ਜਾਏ ਬਾਬੀ ਹਾਂ ਖਿਨ ਖਿਨ ਬਿਲਲਾਏ ਬਿਨ ਪਿਰ ਦੇਖੇ ਨੀਂਦ ਨਾ ਪਾਏ ਬਾਬੀ ਹਾਂ ਖਿਨ ਖਿਨ ਬਿਲਲਾਏ ਬਿਨ ਪਿਰ ਦੇਖੇ ਨੀਂਦ ਨਾ ਪਾਏ ਇਹ ਵਿਛੋੜਾ ਸਹਿਆ ਨਾ ਜਾਏ ਸਤਿਗੁਰ ਮਿਲੇ ਤਾਂ ਮਿਲੇ ਸੁਭਾਏ ਸਤਿਗੁਰ ਮਿਲੇ ਤਾਂ ਮਿਲੇ ਸੁਭਾਏ ਇਹ ਵਿਛੋੜਾ ਸਹਿਆ ਨਾ ਜਾਏ ਇਹ ਵਿਛੋੜਾ ਸਹਿਆ ਨਾ ਜਾਏ ਨਾਮ ਹੀਣ ਬਿਨ ਸਹਿ ਦੁਖ ਪਾਏ ਤ੍ਰਿਸ਼ਨਾ ਚੱਲਿਆ ਭੂਖ ਨਾ ਜਾਏ ਨਾਮ ਹੀਨ ਬਿਨ ਸੈ ਦੁਖ ਪਾਏ ਤ੍ਰਿਸ਼ਨਾ ਚੱਲਿਆ ਭੁੱਖ ਨਾ ਜਾਏ ਬਿਨ ਭਾਗਾ ਨਾਮ ਨਾ ਪਾਇਆ
बिद थाका कर्म कमाए कर्म कमाए त्रैगुण बाणी वेद विचार बिखिया मैल बिखिया बापार मर जन्म है फिर होए खुआर गुरमुख तुरिया गुण उर धार गुर माने माने सबको गुर बचने मल शीतल हो चौ जुग सोबा निर्मल जन सोए नानक गुर मुख बिरला कोए नानक गुर मुख बिरला कोए हे बिछोड़ा सहया जाए हे बिछोड़ा सहया जाए हे बिछोड़ा सहया न जाए बाहे ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਈਆਂ ਵਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਪਰੇਸ਼ਾਨ
ਸ਼ਾਂਤ ਸੁਖ ਮਰਿਆਏ ਵਸਿਆ ਜਿਨ ਇੱਛਾ ਸਭ ਪੁਜਨਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਐ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੋ ਸੱਚਾ ਨਾਮ ਮਿਰਾਇਆ ਧਾਰੋ ਵਾਜੇ ਪੰਚ ਸ਼ਬਦ ਜਿਤ ਕਾਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰੇ ਤੁਰ ਕਰਮ ਪਾਇਆ ਤੂ ਜਿਨ ਕੋਸੇ ਨਾਮ ਹਰ ਕੈ ਲਾਗੇ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਹੇ ਪੁਨਿਤ ਕਹਤੇ ਬੋਝ ਸਤਿਗੁਰ ਰਹਿਆ ਭਰਪੂਰੇ ਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਚੰਗਿਆਈਆਂ ਬੁਰਿਆਈਆਂ ਵਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਸਖਤ ਕਾਲ ਨਾਨਕ ਤੇ ਮੁਖ ਉਜਲੇ ਕਿਰਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੁਮ ਪਈ ਅਰਦਾਸ ਜੀਉ ਪਿੰਡ ਸਭ ਤੇਰੀ ਰਾਹ ਤੂੰ ਮਾਤ ਪਿਤਾ ਹਮ ਬਾਰਕ ਤੇ ਤੁਮਰੀ ਕਿਰਪਾ ਮੈਂ ਸੁਖ ਕੋਈ ਨਾ ਜਾਣੇ ਤੁਮਰਾ ਉਚੇ ਤੇ ਉਚਾ ਸਗਲ ਸਮੱਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਅਗਿਆ ਤੁਮਰੀ ਗਤ ਮਿਤ ਤੁਮੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਥੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਂਡ ਦਿਆਵੇ ਧਾਏ ਸਾਹਿਬ ਥਾਂਏ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂਏ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਧ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਨੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸੁਵਾਸਾਂ ਨਾਲ ਨਿਭਾਏ
ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤੇ ਆਵੈ ਚਿੱਤੇ ਆਵਣ ਕਾ ਸਦਕਾ ਸਰਬ ਸੁੱਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਤ। ਦੇਗ ਤੇਗ ਫਤਿਹ, ਬਿਰਦ ਕੀ ਬੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ। ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁੱਗੋ ਜੁੱਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਿਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿ ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਆਪਦੇ ਪਿਤਰ ਨਗਰ ਦੇ ਵਿੱਚ ਕੁਝ ਦਿਨਾਂ ਤੋਂ ਬੇਟੀ ਹਰਗੁਣਪ੍ਰੀਤ ਕੌਰ ਅਕਾਲ ਚਲਾਣਾ ਕਰ ਗਏ ਪਾਤਸ਼ਾਹ ਜੀ। ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਗ੍ਰਹਿ ਵਿਖੇ ਪਰਿਵਾਰ ਨੇ ਸਤਿਗੁਰੂ ਜੀ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਪਵਾਏ, ਸਤਿਗੁਰਾਂ ਦੇ ਜਾਪ ਗੁਰਬਾਣੀ ਦੇ ਕਰਵਾਏ, ਉਪਰੰਤ ਸ਼ਹੀਦ ਬਾਬਾ ਬੁਖਾਰੀ ਜੀ ਦੇ ਗੁਰਦੁਆਰੇ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਆਪ ਦੇ ਪਿੱਤਰ ਗੁਰਬਾਣੀ ਦਾ ਵਿਰਾਗਮਈ ਕੀਰਤਨ ਹੋਇਆ। ਵਿਰਾਗਮਈ ਕੀਰਤਨ ਦਾ ਫਲ ਭਾਵ ਵਿਛੜੀ ਹੋਈ ਰੂਹ ਬੇਟੀ ਹਰਗੁਣ ਪ੍ਰੀਤ ਕੌਰ ਨੂੰ ਬਚਾਉਣਾ ਅਤੇ ਸਤਿਗੁਰੂ ਜੀ ਪਿੱਛੇ ਪਰਿਵਾਰ ਦੇ ਸਿਰ 'ਤੇ ਮਿਹਰ ਪਰਿਆਤ ਰੱਖ ਕੇ ਭਾਣਾ ਮੰਨਣ ਦੀ ਤਾਕਤ ਬਖਸ਼ਿਸ਼ ਕਰਨੀ। ਸਮੂਹ ਪਰਿਵਾਰ, ਸਰਬੱਤ ਸਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ। ਸਮੂਹ ਪਰਿਵਾਰ, ਸਤ ਸੰਗਤ ਦੀਆਂ ਹਾਜ਼ਰੀਆਂ ਮਨਜ਼ੂਰ ਕਰਨੀਆਂ। ਆਪ ਜੀ ਦੇ ਹਜ਼ੂਰ ਅੰਮ੍ਰਿਤ ਕੜਾ ਪ੍ਰਸ਼ਾਦ ਕੀ ਦੇ ਹਾਜ਼ਰ ਹੈ। ਦਰ 'ਤੇ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਤਵੀ ਚਲਾਇਓ, ਸਾਬ ਸਿਕਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਪ੍ਰਗਟ ਗੁਰਾ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ। ਆਕੀ ਰਹੇ ਨਾ ਖੁਆਰ ਹੋਏ, ਸਭ ਮਿਲਣਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਚੜ੍ਹੇ ਸੋਤਰੇ।
ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ, ਬੋਲੇ ਸੁਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੈਠੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਿਆਵੇ ਕੰਨੇ ਬਗਲਾ ਬੈਠਾ ਕੀਲ ਕਰੀ, ਕੀਲ ਕਰਾਂਦੇ ਹੰਜ ਨੂੰ ਅਚਿੰਤੀ ਬਾਜ ਪਈ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਇ, ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ। ਜਿਉਂ ਬਾਲੂ ਕੀ ਪੀਤ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਕਰਨ ਕਰਾਵਣ ਹਾਰ ਪ੍ਰਭ ਦਾਤਾ, ਪਾਰ ਬ੍ਰਹਮ ਪ੍ਰਭ ਸੁਆਮੀ, ਸਗਲੇ ਜੀ ਕੀਏ ਦਿਆਲਾ, ਸੋ ਪ੍ਰਭ ਅੰਤਰ ਜਾਮੀ, ਕਰਨ ਕਰਾਵਣ ਹਾਰ ਪ੍ਰਭ ਦਾਤਾ, ਪਾਰ ਬ੍ਰਹਮ ਪ੍ਰਭ ਸੁਆਮੀ, ਸਗਲੇ ਜੀ ਕੀਏ ਦਿਆਲਾ, ਸੋ ਪ੍ਰਭ ਅੰਤਰ ਜਾਮੀ। ਮੇਰਾ ਗੁਰ ਹੋਆ ਆਪ ਸਹਾਈ, ਸੁਖ ਸਹਿਜ ਆਨੰਦ ਮੰਗਲ ਰਸ, ਆਚਰਜ ਭਈ ਬਡਾਈ ਰਹਾਉ। ਗੁਰ ਕੀ ਸ਼ਰਨ ਪਏ ਪੈ ਨਾਸੇ, ਸਾਚੀ ਦਰਗਾ ਮਾਨੇ, ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨੇ,
ਜੈ ਜੈਕਾਰ ਕਰੇ ਸਭ ਉਸ ਤਤ ਸੰਗਤ ਸਾਧ ਪਿਆਰੀ ਸਦ ਬਲਹਾਰ ਜਾਉ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੀ ਗੋਸਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਪਯੋ ਕਿਰਪਾਲ ਨਾਨਕ ਪ੍ਰਭ ਆਪਣਾ ਅਣਦ ਸੇਤੀ ਘਰ ਆਇਆ ਗੋਸਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸ਼ਨ ਪਾਇਆ ਪਯੋ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸੇਤੀ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਕਰਨ ਕਰਾਵਨ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸਵਾਮੀ ਸਗਲੇ ਜੀ ਕੀਏ ਦਿਆਲਾ ਸੋ ਪ੍ਰਭ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਗੁਰੂ ਰੂਪ ਸਾਧ ਸੰਗਤ ਆਪ ਸਰਬੱਤ ਸਾਧ ਸੰਗਤਾਂ ਜੋ ਕਿ ਛੋਟੀ ਬੱਚੀ ਕੁਝ ਦਿਨਾਂ ਤੋਂ ਹਰਗੁਣਪ੍ਰੀਤ ਕੌਰ ਸਤਿਗੁਰਾਂ ਦੇ ਬਾਣੀ ਦੇ ਅਨੁਸਾਰ ਇਸ ਦੁਨੀਆਂ 'ਤੇ ਇਨਸਾਨ ਆਉਂਦਾ ਹੈ ਤਾਂ ਉਹਦੇ ਹੁਕਮ ਦੇ ਅਨੁਸਾਰ ਚਲੇ ਜਾਂਦਾ ਹੈ। ਇਨਸਾਨ ਨੂੰ ਜੀਵ ਨੂੰ ਤਰੌਸ ਨਹੀਂ ਆਉਂਦਾ। ਗੁਰੂ ਮਹਾਰਾਜ ਜੀ ਕਿਉਂਕਿ ਭਗਤ ਕਬੀਰ ਜੀ ਨੇ ਆਪਣੀ ਗੁਰਬਾਣੀ 'ਚ ਲਿਖਿਆ ਹੈ ਬਾਰੇ ਬੂਢੇ ਤਰਨੇ ਭਈਆ ਸਭ ਜੰਮ ਲੈ ਜਈਆ ਰੇ, ਇੱਕ ਬਹਾਨਾ ਬਣਦਾ ਹੈ। ਬਿਆਸ ਰਿਖੀ ਦੇ ਕੋਲ ਇੱਕ ਛੋਟਾ ਬੱਚਾ ਬੜੀ ਸੇਵਾ ਕਰਦਾ ਹੈ। ਬਿਆਸ ਰਿਖੀ ਦੇ ਕੋਲ ਇੱਕ ਬੱਚਾ ਹੈ ਛੋਟਾ, 7-8 ਸਾਲ ਦੀ ਉਮਰ ਹੈ, ਬੜੀ ਸੇਵਾ ਕਰਦਾ ਹੈ। ਬਿਆਸ ਰਿਖੀ ਨੇ ਉਹਦੇ ਹੱਥ ਦੀਆਂ ਲਕੀਰਾਂ ਵੇਖੀਆਂ। ਉਹ ਕਹਿੰਦਾ ਬੱਚਾ ਬੜਾ ਸੇਵਾਦਾਰ ਹੈ, ਬੜਾ ਹੋਣਹਾਰ ਹੈ, ਇਹਦੀ ਉਮਰ ਜਿਹੜੀ ਹੈ ਥੋੜ੍ਹੀ ਹੈ, ਵਧਾਉਣੀ ਚਾਹੀਦੀ ਹੈ। ਆਖੋ ਸਤਨਾਮ,
ਬੱਚੇ ਦੀ ਉਮਰ ਜਿਹੜੀ ਹੈ ਥੋੜ੍ਹੀ ਹੈ, ਇਹ ਵਧਾਉਣੀ ਚਾਹੀਦੀ ਹੈ। ਬਿਆਸ ਰਿਖੀ, ਕਿਉਂਕਿ ਆਮ ਤੌਰ 'ਤੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਲਿਖਿਆ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲੜਾਈ ਦੀ ਬਾਣ, ਡਿਊਟੀਆਂ ਲੱਗੀਆਂ ਨੇ। ਬ੍ਰਹਮਾ ਦੀ ਡਿਊਟੀ ਲੱਗੀ ਹੈ, ਉਹ ਪੈਦਾਇਸ਼ ਕਰਦਾ। ਵਿਸ਼ਨੂੰ ਜਿਹੜਾ ਉਹ ਖਾਣਾ ਦਿੰਦਾ ਅਤੇ ਸ਼ਿਵਜੀ ਜਿਹੜਾ ਉਹ ਮਾਰਦਾ। ਇਹ ਡਿਊਟੀ ਲੱਗੀ ਹੈ ਇਹਨਾਂ ਦੀ। ਬਿਆਸ ਰਿਖੀ ਨੇ ਸਭ ਤੋਂ ਪਹਿਲਾਂ ਹੀ ਕਿਹਾ ਹੈ, ਕਿਉਂ ਨਾ ਹੋਵੇ, ਇਹ ਸ਼ਿਵਜੀ ਨੇ ਇਹਨੂੰ ਮਾਰਨਾ ਅਤੇ ਸ਼ਿਵਜੀ ਕੋਲ ਜਾਇਆ ਜਾਵੇ, ਉਹਦੇ ਅੱਗੇ ਫਰਿਆਦ ਕੀਤੀ ਜਾਵੇ ਕਿ ਇਹਦੀ ਉਮਰ ਜਿਹੜੀ ਵਧਾ ਦਿੱਤੀ ਜਾਵੇ। ਬਿਆਸ ਰਿਖੀ ਉਹ ਬੱਚਾ ਸ਼ਿਵਜੀ ਕੋਲ ਗਿਆ ਅਤੇ ਉਹ ਕਹਿੰਦਾ ਇਹ ਕਿ ਮੇਰੇ ਹੱਥ ਵੱਸ ਨਹੀਂ ਹੈ, ਇਹਦੀ ਉਮਰ ਵਧਾਉਣੀ ਜਿਹੜੀ ਹੈ ਉਹ ਮੇਰੇ ਹੱਥ ਵੱਸ ਨਹੀਂ, ਕਿਉਂਕਿ ਬ੍ਰਹਮਾ ਜਿਹੜਾ ਹੈ ਉਹ ਪੈਦਾ ਕਰਦਾ ਹੈ, ਉਹਦੇ ਕੋਲ ਜਾਣਾ ਪੈਣਾ। ਉਹਦੇ ਕੋਲ ਗਏ, ਉਹ ਕਹਿੰਦਾ ਹੈ ਕਿ ਮੇਰੇ ਹੱਥ ਵੱਸ ਨਹੀਂ, ਇਹ ਵਿਸ਼ਨੂੰ ਕੋਲ ਜਾਣਾ ਪੈਣਾ ਜਿਹੜਾ ਖਾਣਾ ਦਿੰਦਾ। ਉਹ ਕਹਿੰਦਾ ਹੈ ਮੇਰੇ ਵੱਸ ਨਹੀਂ, ਤਾਂ ਕਹਿੰਦਾ ਹੈ ਕਿਹਦੇ ਵੱਸ ਹੈ? ਇਹ ਵੱਸ ਹੈ ਹੋਣੀ ਜੋ ਉਸ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਚੱਲਦੀ ਹੈ, ਉਹਦੇ ਕੋਲ ਜਾਣਾ ਪੈਣਾ। ਪੰਜ ਇਕੱਠੇ ਹੋ ਗਏ, ਪੰਜੇ ਜਣੇ ਇਕੱਠੇ ਹੋ ਕੇ ਜਾ ਕੇ ਉਹਦੇ ਕੋਲ ਫਰਿਆਦ ਕਰਦੇ ਨੇ ਕਿ ਇਹ ਬੱਚਾ ਜਿਹੜਾ ਹੈ ਬੜਾ ਹੋਣਹਾਰ ਹੈ, ਸੇਵਾਦਾਰ ਹੈ, ਸੇਵਾ ਕਰਦਾ ਹੈ, ਇਹਦੀ ਉਮਰ ਜਿਹੜੀ ਹੈ ਥੋੜ੍ਹੀ ਹੈ, ਇਹ ਵਧਾਉਣੀ ਹੈ। ਉਹਨੇ ਉਸੇ ਵੇਲੇ ਹੀ ਉਹਦੇ ਪ੍ਰਾਣ ਕੱਢ ਦਿੱਤੇ, ਆਖੋ ਸਤਨਾਮ। ਕਿਉਂਕਿ ਇਨਸਾਨ ਦੇ ਹੱਥ ਵਿੱਚ ਕੁਝ ਨਹੀਂ, ਉਹ ਅਕਾਲ ਪੁਰਖ ਪਰਮੇਸ਼ਰ ਦੇ ਹੱਥ ਵਿੱਚ ਹੈ, ਕਿਉਂਕਿ ਉਹਦੇ ਹੁਕਮ ਦੇ ਅਨੁਸਾਰ ਜੀਵ ਜਨਮ ਨਹੀਂ ਲੈਂਦਾ, ਉਹਦੇ ਹੁਕਮ ਦੇ ਅਨੁਸਾਰ ਜੀਵ ਦੀ ਮੌਤ ਨਹੀਂ ਹੁੰਦੀ। ਜੋ ਕੁਝ ਵੀ ਹੁੰਦਾ ਉਹਦੇ ਹੁਕਮ ਦੇ ਅਨੁਸਾਰ ਹੀ। ਉਹ ਪੰਜ ਛੇ ਜਣੇ ਇਕੱਠੇ ਹੋਏ ਅਤੇ ਉਹਦੀ ਮੌਤ ਹੋ ਗਈ, ਅਤੇ ਉਹ ਕਹਿੰਦਾ ਬਿਆਸ ਰਿਖੀ ਕਹਿੰਦਾ ਅਸੀਂ ਤਾਂ ਇਹਦੀ ਉਮਰ ਵਧਾਉਣ ਵਾਸਤੇ ਹੈ, ਤੂੰ ਇਸ ਨੂੰ ਮਾਰ ਦਿੱਤਾ। ਕਹਿੰਦਾ ਇਹਨੇ ਤਾਂ ਮਰਨਾ ਹੀ ਨਹੀਂ ਸੀ, ਇਹ ਤੁਸੀਂ ਪੰਜਾਂ ਛਿਆਂ ਜਣਿਆਂ ਨੇ ਇਕੱਠੇ ਹੋਣਾ ਸੀ ਅਤੇ ਫਿਰ ਇਹਦੀ ਮੌਤ ਹੋਣੀ। ਵੇਖੋ ਉਹ ਵਿੱਧ ਬਣਦੀ ਜਾ ਰਹੀ ਸੀ ਨਾ, ਉਹ ਇਕੱਠੇ ਹੋ ਗਏ ਸਾਰੇ, ਉਹਦੀ ਮੌਤ ਹੋ ਗਈ। ਕਿਉਂਕਿ ਇਹ ਸਾਨੂੰ ਗੁਰਬਾਣੀ ਜਿਹੜੀ ਹੈ ਸੇਧ ਦਿੰਦੀ ਹੈ, ਹੇ ਇਨਸਾਨ, ਹੇ ਜੀਵ, ਕਈ ਐਸੇ ਨੇ ਉਹ ਜਨਮ ਲੈਂਦੇ ਹੀ ਖਤਮ ਹੋ ਜਾਂਦੇ ਨੇ, ਕਈ ਐਸੇ ਨੇ 100 ਸਾਲ ਤੋਂ ਵੀ ਉੱਤੇ ਟੱਪ ਜਾਂਦੇ ਨੇ ਅਤੇ ਉਹਨਾਂ ਦੀ ਮੌਤ ਨਹੀਂ ਹੁੰਦੀ। ਕਈ ਵਾਰੀ ਆਖ ਦਿੰਦੇ ਨੇ ਬਾਬਾ ਜੀ ਅਰਦਾਸ ਕਰੋ ਇਹਦਾ ਅੱਗਾ ਖੁੱਲ ਜਾਵੇ, ਓਹੋ। ਕਈ ਐਸੇ ਨੇ ਜਿਸ ਤਰ੍ਹਾਂ ਬੱਚੀ ਸਾਡੀ ਗਈ, ਥੋੜ੍ਹੀ ਉਮਰ ਹੈ ਜੇ, ਉਹਦੇ ਹੁਕਮ ਦੇ ਅਨੁਸਾਰ ਹੀ ਜੀਵ ਆਉਂਦਾ ਹੈ, ਉਹਦੇ ਹੁਕਮ ਦੇ ਅਨੁਸਾਰ ਹੀ ਚੜ੍ਹੇ ਜਾਂਦਾ ਹੈ। ਗੁਰੂ ਪਾਤਸ਼ਾਹ ਜੀ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਗ ਸੰਬੰਧੀਆਂ ਨੂੰ ਭਾਣਾ ਹੁਕਮ, ਭਾਣਾ ਮੰਨਣ ਦਾ
ਹੁਕਮ ਪਰਮੇਸ਼ਰ ਵੱਲੋਂ ਹੈ, ਕਿਉਂਕਿ ਉਹਦੇ ਹੁਕਮ ਦੇ ਅਨੁਸਾਰ ਜੀਵ ਆਉਂਦਾ ਹੈ, ਉਹਦੇ ਹੁਕਮ ਦੇ ਅਨੁਸਾਰ ਜੀਵ ਚਲਾ ਜਾਂਦਾ ਹੈ। ਆਮ ਤੌਰ 'ਤੇ ਸਮਾਜ ਦੇ ਵਿੱਚ ਦੋ ਹੀ ਪੱਖ ਹੈ ਨੇ, ਜਿਤਨਾ ਸੁੱਖ ਹੈ ਦੁੱਖ ਹੈ, ਦਿਨ ਹੈ ਰਾਤ ਹੈ, ਹਨੇਰਾ ਹੈ ਚਾਨਣ ਹੈ, ਅਤੇ ਜੰਮਣ ਹੈ ਅਤੇ ਇਹਦੇ ਪਿੱਛੇ ਕੀ ਹੈ ਮਰਨ। ਪਰ ਇਨਸਾਨ ਉਮਰ ਹੰਢਾ ਕੇ ਜਾਵੇ ਤਾਂ ਫਿਰ ਤਾਂ ਕੋਈ ਦੁੱਖ ਨਹੀਂ ਹੁੰਦਾ, ਅਤੇ ਜਦੋਂ ਇਸ ਤਰ੍ਹਾਂ ਕੋਈ ਚਲੇ ਜਾਂਦਾ ਹੈ ਇਸ ਉਮਰ ਦੇ ਵਿੱਚ ਤਾਂ ਦੁੱਖ ਤਾਂ ਹੁੰਦਾ ਹੈ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਪਰਿਵਾਰ 'ਤੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਭਾਵਨਾ ਮੰਨਣ ਦਾ ਬਲ ਬਖਸ਼ ਕਰਨ, ਸਾਰੇ ਸਾਕ ਸੰਬੰਧੀਆਂ ਨੂੰ ਪਰਿਵਾਰ ਵੱਲੋਂ ਸਾਰਿਆਂ ਨੇ ਹਾਜ਼ਰੀਆਂ ਭਰੀਆਂ ਨੇ ਧੰਨਵਾਦ, ਸਾਰੀਆਂ ਸੰਗਤਾਂ ਪਰਿਵਾਰ ਸਾਕ ਸੰਬੰਧੀ ਪੁੱਜੇ ਨੇ ਉਹਨਾਂ ਦਾ ਧੰਨਵਾਦ, ਅਤੇ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹੁਰਦੇ ਬੇਨਤੀ ਕਰਦੇ ਨੇ ਕਿ ਪ੍ਰਸ਼ਾਦ ਲੈ ਕੇ ਸੇਵਾਦਾਰ ਦੇ ਕੋਲੋਂ ਦਰਵਾਜ਼ੇ ਕੋਲੋਂ ਸਾਰਿਆਂ ਨੇ ਜੋ ਪ੍ਰਸ਼ਾਦਾ ਤਿਆਰ ਕੀਤਾ ਹੈ ਪਰਿਵਾਰ ਨੇ, ਛੱਕ ਕੇ ਜਾਣ ਦੀ ਫਿਰ ਕਿਰਪਾਲਤਾ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।